ਅਸਲਾਮ ਵਾਲੇਕੁਮ, ਮੈਂ ਸੁਣ ਮੇਜ਼ਬਾਨ ਪਰਵੇਜ਼ ਜਰਸੋਂ ਤੱਕੀ ਰਹੇ ਜੀ ਮਾੜਾ ਯੂਟਿਊਬ ਚੈਨਲ ਪਰਵੇਜ਼ ਜਾ ਡਡਿਆਵਾਲ, ਇਸ ਕੀ ਸਬਸਕ੍ਰਾਈਬ ਕਰਸੋ, ਲਾਇਕ ਕਰਸੋ ਔਰ ਸ਼ੇਅਰ ਕਰਸੋ। ਨਜ਼ਰੀ ਕਿ ਇੱਕ ਨਵੀਂ ਤਾਜ਼ੀ ਖਬਰ ਜਨਾਬ, ਮੈਰਾ ਛਪਰਾ ਡਡਿਆਵਾਲ ਆਜ਼ਾਦ ਕਸ਼ਮੀਰ ਮੈਂ ਮੌਜੂਦ ਹਾਂ। ਮਾਰੇ ਨਾਲ ਮੌਜੂਦ ਹੈ ਖਵਾਜਾ ਸ਼ਾਹਿਦ ਸਾਹਿਬ, ਅਸਲ ਦੋਸਤ ਜਨਾਬ। 13 ਸਾਲ ਬਾਅਦ ਇੰਗਲੈਂਡ ਤੋਂ ਆਏ ਤਾਂ ਇਹਨੇ ਵੈਲਕਮ ਖੁਸ਼ ਆਮਦੀਦ ਆਖਣੇ ਆ। ਤਾਂ ਤੁਸਾਂ ਕੀ ਪਤਾ ਹੈ ਕਿ ਨਜ਼ਰੀਨ ਹੁਣ ਕਣਕਾਂ ਦੀ ਕਟਾਈ ਸ਼ੁਰੂ ਹੋਈ ਗਈ, ਕੱਕੀ ਸਕਦੇ ਆ, ਟਰੈਕਟਰ ਲੱਗੇ ਆ ਜਨਾਬ, ਅਸਾਂ ਕੀ ਨਜ਼ਰ ਰੱਖਣਾ ਸੀ। ਤਾਂ ਅਗਲਾ ਵੀ ਨਜ਼ਰੀਨ ਤੁਸਾਂ ਕੀ ਹੁਣ ਦੱਸਣੇ ਆ। ਹਾਂਜੀ ਸ਼ਮਾ ਜੀ, ਕੀ ਹਾਲ ਹੈ? ਠੀਕ ਹੋ ਗਈ ਹੈ? ਸਹੀ, ਠੀਕ ਹੈ। ਅੱਜ ਕੁਦਰ ਆਏ ਹੋ? ਕਣਕਾਂ ਕਟਾਣੇ ਪਿਆ ਜਨਾਬ। ਕਣਕ ਕਟਾਈ ਸ਼ੁਰੂ ਹੋ ਗਈ? ਜੀ ਜੀ। ਹਾਂ ਲਾ ਲਾ ਲਾ, ਅੱਛਾ ਤੱਕੀ ਸਕਣੇ। ਨਜ਼ਰੀ ਤੱਕੋ ਜਨਾਬ, ਕਟਾਈ ਸ਼ੁਰੂ ਹੋ ਗਈ ਮੈਰਾ ਛਪਣਾ ਜਨਾਬ। ਤੇ ਅਸਲ ਨਾਲ ਮੌਜੂਦ ਹੈ ਜਨਾਬ, ਪ੍ਰੋਫੈਸਰ ਗਨੀ ਸਾਹਿਬ ਮੌਜੂਦ ਹੈ, ਖਵਾਜਾ ਸ਼ਾਹਿਦ ਉਹਨਾਂ ਨਾਲ ਜਨਾਬ। ਇੱਥੇ ਕੀ ਸਿੱਖਣੇ ਹੋ ਨਜ਼ਰੀਨ? ਤਾਂ ਇਹ ਕਣਕਾਂ ਕਟਾਣੇ ਪਏ, ਇੰਨੀਆਂ ਬਾੜੀਆਂ ਨੂੰ। ਪ੍ਰੋਫੈਸਰ ਜੀ ਠੀਕ ਹੋ? ਖਰੀਅਤ ਹੈ? ਸਰ ਠੀਕ ਹੈ, ਠੀਕ ਹੋ ਜੀ? ਖਵਾਜਾ ਸ਼ਾਹਿਦ ਸਾਹਿਬ ਠੀਕ ਹੋ? ਪ੍ਰੋਫੈਸਰ ਜੀ ਕਣਕ ਕਟਾਈ ਰਹੇ ਹੋ? ਕਣਕ ਕਟਾਣੇ ਪਏ ਹੋ? ਅੱਛਾ ਅੱਛਾ ਅੱਛਾ, ਇੱਥੋਂ ਸਨ ਬਾੜੀਆਂ ਨੂੰ? ਜੀ ਹਾਂ ਸਰ। ਪ੍ਰੋਫੈਸਰ ਗਾਂਧੀ ਸਾਹਿਬ ਇਹ ਜਨਾਬ ਮੈਰਾ ਛਪਰਾ ਨੇ ਇੱਕ ਬੇਗਾ ਮਾਰਾ, ਇੱਕ ਬੇਗਾ ਖਲੀਲ ਨਾ। ਅੱਛਾ ਅੱਛਾ, ਇਹ ਮਾੜੇ ਜਾਣਾ ਬਹੁਤ ਕਰੀਬੀ ਰਿਸ਼ਤੇਦਾਰ ਹੈ। ਅੱਛਾ ਅੱਛਾ ਅੱਛਾ, ਮਾਸ਼ਾਅੱਲਾ ਜੀ, ਬਹੁਤ ਖੁਸ਼ੀ ਹੋਈ ਹੈ ਸੰਗ ਮਿਲੀ ਦਾ ਜਨਾਬ। ਤੱਕੀ ਸਕਣੇ ਨਾਜ਼ਰੀਨ, ਜਿਹੜਾ ਮੈਰਾ ਛਪਰਾ 'ਚ ਪ੍ਰੋਫੈਸਰ ਗਾਂਧੀ ਸਾਹਿਬ ਹੋ ਰਹੇ ਅਤੇ ਨਾਲ ਖਵਾਜਾ ਸ਼ਾਹ ਸਾਹਿਬ ਹੈ, ਤਾਂ ਇਹ ਵੀ ਹੁਣ ਕਟਾਈ ਸ਼ੁਰੂ ਹੈ ਕਣਕਾਂ ਨੇ, ਬਸ ਇੰਨੀਆਂ ਵਾੜੀਆਂ ਛੜੀਆਂ ਕਟਾਈ ਤਾਂ ਹੁਣ ਅਗਲਾ ਨਾਜ਼ਰੀਨ ਵੀ ਸੰਗ ਦੱਸਣੇ। ਨਾਜ਼ਰੀਨ ਤੱਕੀ ਸਕਣੇ ਜਨਾਬ, ਇਹ ਕਣਕਾਂ ਲੱਗੀਆਂ ਨੇ ਡੇਮ ਏਰੀਏ 'ਚ ਜਿੱਥੇ ਅਸੀਂ ਰਹਿਣੇ ਸੀ, ਮੋੜਾ ਮਲਕਾਂ ਨਹੀਂ ਕਣਕਾਂ ਨੇ ਤੱਕੀ ਸਕਣੇ ਹੋ। ਤਾਂ ਉੱਪਰ ਮੈਰਾ ਛਪਰਾ ਤੁਸੀਂ ਦੱਸਿਆ ਸੀ ਨਾ ਕਟਾਈ ਸ਼ੁਰੂ ਹੈ, ਅਤੇ ਇਹਦੀ ਇਧਰ ਪੱਕੀਆਂ ਵੀ ਕਣਕਾਂ ਤੱਕੀ ਸਕਣੇ ਨਾਜ਼ਰੀਨ। ਅਤੇ ਬਸ ਆਸਤੇ ਆਸਤੇ ਮਸ਼ੀਨਾਂ ਅਛਣੀਆਂ ਡੇਮਦਾਰ, ਅਤੇ ਫਿਰ ਇਧਰ ਕਟਾਈ ਸ਼ੁਰੂ ਹੋ ਸੀ।
ਜੀ ਨਾਜ਼ਰੀਨ ਤੱਕੀ ਸਕਣੇ ਆ, ਇਹ ਅਸਲ ਪੁਰਾਣਾ ਗ੍ਰਾਂ ਆ ਜਨਾਬ ਮੋੜਾ ਮਲਕਾਂ, ਜਿੱਥੇ ਅਸੀਂ ਪਹਿਲੇ ਰਹਿਣੇ ਸੀ, ਹੁਣ ਡੇਮ ਵਿੱਚ ਉਜੜੀ ਗਏ ਹਾਂ ਜਨਾਬ। ਇਸਨੀਆਂ ਮੁਹੱਲੇ ਦੀਆਂ ਯਾਦਾਂ ਇਸਨੀਆਂ 20-25 ਘਰ ਸੀ ਅਸਣ ਜਾਤੀ ਆਪਣੇ, ਅਤੇ ਬਸ ਇੱਥੇ ਬੜੀਆਂ ਸਹੂਲਤਾਂ ਸੀਆਂ ਨਾਜ਼ਰੀਨ। ਪਾਣੀ ਕਣਕਾਂ ਆਪਣੀਆਂ ਰਹਿਣੇ ਸੀਆਂ ਜਨਾਬ, ਕੋਲ ਕਾਲ ਕਣਕਾਂ ਸੀਆਂ, ਪਾਣੀ ਜਨਾਬ ਖੂਹ ਸੇ, ਅਤੇ ਹਰ ਚੀਜ਼ ਔਰ ਮੰਝਾਂ ਜਨਾਬ ਪੱਠੇ ਛੱਟੇ ਅਛਣੇ ਸੀ ਮੰਝਾਂ, ਜਨਾਬ ਚਾਰਾ ਇੱਥਾਂ ਮੰਝਾਂ ਹੋਣਾ ਸੀ ਬਿਲਕੁਲ ਤਾਜ਼ਾ, ਠੀਕ ਹੈ ਨਾ, ਅਤੇ ਬੈਂਸ ਮੰਝਾਂ ਤਾਂ ਦੁੱਧ ਸ਼ੁੱਧ ਹੋਈ, ਹਰ ਚੀਜ਼ ਨੇ ਸਹੂਲਤ ਸੀ ਇੱਥੇ, ਹਰ ਚੀਜ਼ ਨਜ਼ਦੀਕ ਸੀ, ਅਤੇ ਬੜੀਆਂ ਯਾਦਾਂ ਇੱਥੇ ਰਹਿਸ਼ਨੀਆਂ ਜਨਾਬ ਇਸ ਮੁਹੱਲੇ ਦੀਆਂ। ਕੀ ਸਕਣੇ ਨਜ਼ਰੀਨ, ਅਗਲਾ ਵੀ ਨਜ਼ਰੀਨ ਤੁਸੀਂ ਕਿਉਂ ਦੱਸਣੇ ਆ, ਇਹ ਕਬਰਸਤਾਨ ਹੈ, ਤੱਕੀ ਸਕਣੇ ਆਸਣ ਨਾਜ਼ਰੀਨ। ਅਸਾਂ ਹੁਣ ਆਈ ਗਏ ਜਨਾਬ ਜਿੱਥੇ ਅਸਾਂ ਨਿੱਕੇ ਹੋਣੇ ਇੱਥੇ ਨਹਾਉਣੇ ਹੋਣੇ ਸੀ, ਹਾਂ ਇਸ ਜਗ੍ਹਾ ਕੀ ਝੋਇਆ ਆਖਣੇ ਹੋਣੇ ਸੀ, ਪਾਣੀ ਵਗਣਾ ਹੋਣਾ ਸੀ, ਇਹ ਜਨਾਬ ਨਾਲਾ ਆ ਬੜਾ ਸਾਫ਼ ਪਾਣੀ ਵਗਣਾ ਹੋਣਾ ਸੀ, ਤਾਂ ਅਸਾਂ ਇੱਥੇ ਜਿੱਥੇ ਰਹਿਣੇ ਸੀ ਆਪਣੇ ਆਪਣੇ ਗ੍ਰਾਂ 'ਚ, ਇੱਥੇ ਨਹਾਉਣੇ ਵਾਸਤੇ ਅਸਾਂ ਅਛਣੇ ਹੋਣੇ ਸੀ, ਪਾਣੀ ਸਾਫ਼ ਦਰਿਆ ਨਾਲ ਵਗਣਾ ਹੋਣਾ ਸੀ। ਬਣ ਜਿਸ ਨਾਲ ਅਸੀਂ ਤੁਸੀਂ ਜਨਾਬ ਇਹ ਤੱਕੀ ਸਕਣੇ ਹੋ, ਇਹ ਪਾਣੀ ਥੋੜ੍ਹਾ ਥੋੜ੍ਹਾ ਵਗਣਾ ਪਿਆ, ਅਤੇ ਉਹ ਬੁਣ ਹੈ ਹੁਣ ਡੈਮ, ਉਹ ਕਾਫੀ ਦੂਰ ਹੈ, ਤੱਕੀ ਸਕਣੇ ਹੋ ਮੰਗਲਾ ਡੈਮ, ਮੈਂ ਜ਼ੂਮ ਕੀਤੇ ਆ, ਇਹ ਦੇਖੋ ਕਣਕਾਂ ਵੀ ਤੱਕੀ ਸਕਣੇ ਹੋ ਨਜ਼ਰੀਨ ਤੁਸੀਂ, ਇਹ ਮੰਗਲਾ ਡੈਮ ਉਹ ਕਾਫੀ ਦੂਰ ਹੈ, ਅਸੀਂ ਜਾਓ ਸਹੀ, ਅਸੀਂ ਮੋਟਰਸਾਈਕਲ ਰਸਤਾ ਕੋਣੀ, ਅਸਾਂ ਚਲੋ ਇੱਥੋਂ ਹੀ ਤੁਸਾਂ ਕੀ ਵਿਊ ਦੱਸੀ ਹੁੰਦੇ ਹਾਂ, ਤੱਕੋ ਮੰਝਾਂ ਡੰਗਰ ਚਰਨੇ ਪਏ, ਤੱਕੀ ਸਕਣੇ ਨਾਜ਼ਰੀਨ, ਆਵਾਮ ਇਲਾਕੇ ਨੇ, ਤੱਕੀ ਸਕਣੇ, ਥੱਕੀ ਦੀਆਂ ਸਹੂਲਤਾਂ ਸੀ ਇੱਥੇ, ਤੱਕੋ ਪੱਠੇ ਵੀ ਹੈ ਨਾ, ਹਰ ਚੀਜ਼ ਆ, ਪਾਣੀਆਂ ਨੇ ਸਹੂਲਤ ਹੈ, ਮੰਝਾਂ ਪਾਣੀ ਪੀਣੀਆਂ ਜਨਾਬ, ਪੱਠੇ ਛੱਠੇ ਚਰਨੀਆਂ, ਅਤੇ ਇੱਥੇ ਤਾਂ ਹੀ ਸਹੂਲਤ ਸੀ ਅਸੀਂ ਰਹਿਣੇ ਸੀ, ਹੁਣ ਇਤਨੀ ਦੂਰ ਉੱਥੇ ਟਾਉਣੀ ਥੱਕੋ ਮੰਝਾਂ ਰੱਖਿਆ, ਅਤੇ ਇਤਨੀ ਦੂਰ ਪੱਠੇ ਤੋਂ ਕੱਪੀ ਤੋਂ ਕੌਣ ਖੜ੍ਹਾ,